ਜਿਹੜੇ ਆ ਨਾ ਰੋਜ਼ ਕਾਂਗਰਸੀ ਇਕੱਠੇ ਹੋ ਜਾਂਦੇ ਆ, ਕਦੇ ਅੱਜ ਸਿੱਧੂ ਧੜਾ ਇਕੱਠਾ ਹੋ ਗਿਆ, ਕਦੇ ਅੱਜ ਫਲਾਣਾ ਧੜਾ, ਕਦੇ ਕੈਪਟਨ ਧੜਾ। ਜੇ ਤੁਸੀਂ ਪੰਜਾਬ ਦੇ ਲੋਕਾਂ ਪ੍ਰਤੀ ਵਾਕਈ ਫਿਕਰਮੰਦ ਸੀ ਤਾਂ 4 ਸਾਲਾਂ ਤੋਂ ਇਕੱਠੇ ਹੁੰਦੇ, ਤੁਸੀਂ ਪ੍ਰੈਸ਼ਰ ਪਾਉਂਦੇ ਕੈਪਟਨ 'ਤੇ। ਅਸੀਂ ਉਦੋਂ ਤਾਂ ਜਦੋਂ ਅਸੀਂ ਵਿਧਾਨ ਸਭਾ 'ਚ ਕਹਿੰਦੇ ਸੀ ਵੀ ਭਾਈ ਕੋਈ ਵਾਅਦਾ ਨਹੀਂ ਪੂਰਾ ਹੋਇਆ, ਉਵੇਂ ਪੰਜਾਬ ਦੇ ਲੋਕ ਨੇ ਜਿਹੜੇ ਇਹ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ, ਨਸ਼ਾ ਉਵੇਂ ਚੱਲ ਰਿਹਾ, ਬੇਰੁਜ਼ਗਾਰ ਉਵੇਂ ਧਰਨਿਆਂ 'ਤੇ ਆ, ਉਹ ਤਾਂ ਤੁਸੀਂ ਕਹਿੰਦੇ ਸੀ ਨਾ ਨਾ ਸਾਡਾ ਬੱਬਰ ਸ਼ੇਰ ਸਾਰਾ ਕੁਛ ਕਰਦਾ। ਅਤੇ ਹੁਣ ਜਦੋਂ ਤੁਹਾਨੂੰ ਮੂਹਰੇ ਵੋਟਾਂ ਆਉਂਦੀਆਂ ਦਿਖਦੀਆਂ ਨੇ, ਹੁਣ ਤੁਸੀਂ ਬੜੀਆਂ ਮੀਟਿੰਗਾਂ ਕਰਦੇ ਹੋ, ਅਤੇ ਹੁਣ ਵੀ ਕੇਵਲ ਅਤੇ ਕੇਵਲ ਇਹ ਕੋਈ ਮੀਟਿੰਗਾਂ 'ਚੋਂ ਪੰਜਾਬ ਲਈ ਕੁਛ ਨਹੀਂ ਨਿਕਲਣਾ, ਕਿਸੇ ਨੌਜਵਾਨ ਨੂੰ ਨੌਕਰੀ ਨਹੀਂ ਮਿਲਣੀ, ਕੋਈ ਪੰਜਾਬ ਦਾ ਮੁੱਦਾ ਹੱਲ ਨਹੀਂ ਹੋਣਾ, ਕੇਵਲ ਅਤੇ ਕੇਵਲ ਹੁਣ ਵੀ ਜਿਹੜੀ ਮੀਟਿੰਗਾਂ ਹੋ ਰਹੀਆਂ ਨੇ ਉਹ ਕੇਵਲ ਅਤੇ ਕੇਵਲ ਆਪ ਦੀਆਂ ਕੁਰਸੀਆਂ ਖਾਤਰ ਹੋ ਰਹੀਆਂ, ਵੀ ਕਿਹੜੇ ਮੰਤਰੀ ਨੂੰ ਠੀਪੀ ਲਾਈ ਜਾਵੇ ਅਤੇ ਕਿਹੜੇ ਨੂੰ ਨਵਾਂ ਬਣਾਇਆ ਜਾਵੇ। ਸੋ ਸਾਰਾ ਕੁਛ ਪੰਜਾਬ ਦੇ ਲੋਕ ਜਾਣਦੇ ਆ ਕਿ ਪੰਜਾਬ ਨੂੰ ਇਹਦੇ ਵਿੱਚੋਂ ਕੁਛ ਨਹੀਂ ਮਿਲਣਾ।